बिस्मिल्लाहिर्रहमानिर्रहीम अस्सलाम वालेकुम ते की हाल चाल है जी थोड़े सब का उम्मीद करनी है कि तुसी सब होवोगे खैरियत दे नाल। ते अज जी मेरे किचन दे विच की बन रहा वे बैंगन दा परथा बन रहा वे और एदे नाल ही जिहड़ा वे शामी कबाब जिहड़े ने वह भी कुटे जा रहे ने और नाल दुध जिहड़ा वे वह भी बॉयल हो रहा है क्योंकि मेरा दिल कर रहा सी बैंगन दा परथा खाण वास्ते ते मैं इस वास्ते दो ही बैंगन मंगवाए और उहदा बनाया बैंगन दा परथा। अज संडे वे और मेरी भाभी दी कॉल भी आई कि बच्चे कह रहे ने कि कल से स्कूल खुल जाएंगे पप्पो के घर जाना है ते मैं उन्हां वास्ते बना रही हाँ जी अंडे ते कोफ्ते। ईशल दी फरमाइश सी, ईशल ने कहा कि पप्पो मैंने अंडे कोफ्ते खाने हैं। मैं कहा ठीक हो गया क्योंकि उन्हों मेरे वाले कोफ्ते पसंद ने वो बने नहीं सन पे लिहाजा के एन एनस के कोफ्ते पे सन फिर उन्हां वास्ते असी जिहड़े ने वो बनाए क्योंकि ईशल जिहड़ी है ना उन्हों मेरे वाले कोफ्ते ज़्यादा पसंद ने बाकी बच्चे के एन एनस वाले कोफ्ते खाते ने। उन्हों फिर कहा कि भी इंशाल्लाह मैं जो ठीक होवांगी ना फिर तेनों बना के देवांगी। तो यह देखो जी पक्षी इन्हां पक्षियों नूं उन्हां तो बगैर भी गुजारा नहीं है। लोगों को बड़ी आर्टिफिशियल चीज़ां आ गई मगर पता नहीं क्यों मेरा ही दिल और मेरा रूह किधरे उत्थे दा उत्थे ही रह गया वे। तो इन्हां चीज़ां नाल जीना मैनूं बड़ा अच्छा लगता है और कमिंग विंटर दे विच मैं इंशाल्लाह जिहड़ा बाहर कच्चा चुल्हा रखदी हुंनी आ उहदे तुहानूं बहुत सारियां नवीं चीज़ां नज़र आणगियां। तो मैं वो दुध वाला रेड़का भी रखांगी। दुध वाला रेड़का समझदे हो साढ़े बचपन च साडियां मामा नानियां दादियां उन्हां दे विच ही राती दही जमांदियां हुंदियां सन और फिर सवेरे उठ के उन्हां नूं रिड़किया जांदा सी। पहलां घर दे अफराद वास्ते दही विचों कढ लैंदे सन फिर उहनूं रिड़कदे सन लस्सी बनदी सी जिहड़ा मक्खण निकलदा सी ਉਹ ਫਿਰ ਰੋਟੀਆਂ ਦੇ ਪਰਾਂਠੇ ਜਾਂ ਰੋਟੀਆਂ ਨੂੰ ਤੰਦੂਰ ਵਾਲੀਆਂ ਨੂੰ ਚੋਪੜ ਕੇ ਨਾਸ਼ਤੇ ਦੇ ਨਾਲ ਜਿਹੜਾ ਵੇ ਉਹ ਦਿੱਤਾ ਜਾਂਦਾ ਸੀ। ਉਹ ਚੀਜ਼ਾਂ ਵੀ ਮੈਂ ਉੱਥੇ ਜ਼ਰੂਰ ਐਡ ਕਰਾਂਗੀ। ਇਹ ਵੀਡੀਓ ਵਿੱਚ ਕੁਝ ਸੰਡੇ ਦੀ ਹੈ ਔਰ ਜਿੱਥੋਂ ਬਾਜ਼ਾਰ ਦੀ ਔਰ ਮੇਰੇ ਭਾਈ ਦੇ ਘਰ ਦੀ ਵੀਡੀਓ ਵੇ ਉਹ ਕੱਲ੍ਹ ਦੀ ਹੈ। ਅਤੇ ਇੱਥੇ ਜੀ ਸਿਦਰਾ ਬੀਬੀ ਜਿਹੜੀ ਹੈ ਨਾਦੀਆ ਸੋਰੀ ਜਿਹੜੀ ਉਹ ਬਰਤਨ ਸ਼ਰਤਨ ਧੋ ਕੇ ਰੱਖ ਰਹੀ ਸੀ। ਅਤੇ ਇੱਥੇ ਮੈਂ ਗੱਲ ਦਾ ਜ਼ਿਕਰ ਕਰਾਂਗੀ ਕਿ ਕੱਲ੍ਹ ਮੈਂ ਰਾਤੀ ਇੱਕ ਮੈਸੇਜ ਪਾ ਰਹੀ ਸਾਂ ਕਿਉਂਕਿ ਰਾਤੀ ਫਿਰ ਮੇਰੀ ਤਬੀਅਤ ਖਰਾਬ ਹੋ ਗਈ। ਇੱਕਦਮ ਹੀ ਮੈਨੂੰ ਬਹੁਤ ਤੇਜ਼ ਜਿਹੜਾ ਨਾ ਉਹ ਬੁਖਾਰ ਹੋ ਗਿਆ ਔਰ ਨੀਂਦ ਵੀ ਨਹੀਂ ਸੀ ਆ ਰਹੀ। ਅਜੀਬ ਜੀ ਕੈਫੀਅਤ ਸੀ, ਕਦੀ ਇਸ ਪਾਸੇ ਪਾਸਾ ਪਰਤ ਕਦੀ ਉਸ ਪਾਸੇ ਪਰਤ। ਅਤੇ ਮੈਂ ਜਿਹੜਾ ਨਾ ਇਹ ਕੋਮੈਂਟ ਇੱਕ ਪੜਿਆ, ਮੈਨੂੰ ਇੱਕ ਭੈਣ ਨੇ ਕੋਮੈਂਟ ਕੀਤਾ ਹੋਇਆ ਸੀ ਕਿ ਆਪੀ ਆਪਨੇ ਮੁਝੇ ਉਨ ਖਾਤੂਨ ਸੇ ਜ਼ਰੂਰ ਮਿਲਵਾਨਾ ਹੈ ਜਿਨ੍ਹਾਂ ਦੀ ਸਟੋਰੀ ਮੈਂ ਕੱਲ੍ਹ ਜਿਹੜੀ ਹੈ ਉਹ ਇੱਥੇ ਮੈਨਸ਼ਨ ਕੀਤੀ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਆਪਣੀ ਇੰਸਟਾ 'ਤੇ ਵੋਇਸ ਓਵਰ 'ਚ ਮੈਨੂੰ ਕਿਹਾ ਕਿ ਬਹੁਤ ਤਕਲੀਫੇ ਹੈ, ਬਹੁਤ ਦੁੱਖ ਹੈ, ਆਪਸੇ ਬਾਤ ਕਰਨਾ ਚਾਹਤੇ ਹੈ। ਅਤੇ ਜ਼ਰੂਰ ਕਰਾਂਗੀ ਮੈਂ ਉਹਨਾਂ ਦੇ ਨਾਲ ਗੱਲ, ਉਹਨਾਂ ਦੀ ਜ਼ਰੂਰ ਸੁਣਾਂਗੀ। ਔਰ ਕਈ ਮੈਨੂੰ ਭੈਣ ਭਰਾਵਾਂ ਨੇ ਲਿਖਿਆ ਹੋਇਆ ਕਿ ਜਜ਼ਾਕ ਅੱਲਾ ਤੁਸੀਂ ਬੜੇ ਅੱਛੇ ਹੋ, ਤੁਸੀਂ ਜਿਹੜਾ ਵੇ ਉਹ ਮਤਲਬ ਲੋਕਾਂ ਦੀ ਗੱਲਾਂ ਨੂੰ ਸੁਣਦੇ ਹੋ, ਮਹਿਸੂਸ ਕਰਦੇ ਹੋ। ਅਤੇ ਕਿਉਂ ਨਾ ਸੁਣਾ ਮੈਂ, ਜਦੋਂ ਤੁਸੀਂ ਸਭ ਮੇਰੀ ਦੁੱਖ ਤਕਲੀਫ ਨੂੰ ਸੁਣਦੇ ਹੋ ਆਪਣੇ ਟਾਈਮ ਵਿੱਚੋਂ ਟਾਈਮ ਕੱਢ ਕੇ, ਤਾਂ ਮੈਂ ਕਿਉਂ ਨਹੀਂ ਸੁਣ ਸਕਦੀ? ਮੈਂ ਜ਼ਰੂਰ ਸੁਣਾਂਗੀ ਅੱਲਾ ਦੀ ਜ਼ਾਤ। ਉਹ ਕਹਿੰਦੇ ਨੇ ਸਾਡੇ ਪਿੰਡਾਂ ਥਾਵਾਂ ਦੇ ਵਿੱਚ ਨਾ ਇੱਕ ਗੱਲ ਵੇ ਕਿ ਅੱਲਾ ਹਮੇਸ਼ਾ ਉਸ ਦਰਵਾਜ਼ੇ 'ਤੇ ਸਾਇਲ ਨੂੰ ਭੇਜਦਾ ਵੇ ਜਿਹਨੂੰ ਉਹ ਉਸ ਕਾਬਲ ਸਮਝਦਾ ਵੇ। ਅਤੇ ਜੇ ਬੂਹੇ 'ਤੇ ਆਏ ਹੋਏ ਸਾਇਲ ਦੀ ਹੀ ਤੁਸੀਂ ਗੱਲ ਨਾ ਸੁਣੋ, ਅੱਲਾ ਦੀ ਮਖਲੂਕ ਦੀ ਹੀ ਨਾ ਸੁਣੋ, ਤਾਂ ਅੱਲਾ ਐਸਾ ਨਾਰਾਜ਼ ਹੁੰਦਾ ਕਿ ਦੁਬਾਰਾ ਮੁੜ ਕੇ ਤੁਹਾਡੇ ਦਰਵਾਜ਼ੇ 'ਤੇ ਕੋਈ ਅੱਲਾ ਦਾ ਬੰਦਾ ਮਦਦ ਮੰਗਣ ਵਾਸਤੇ ਨਹੀਂ ਆਉਂਦਾ। ਅਤੇ ਲਿਹਾਜ਼ਾ ਜੀ ਮੈਂ ਇਨਸ਼ਾਅੱਲਾ ਜਬ ਤੱਕ ਮੇਰੀ ਜ਼ਿੰਦਗੀ ਹੈ ਤੁਹਾਡਾ ਮੇਰਾ ਸਾਥ ਹੈ ਮੈਂ ਜ਼ਰੂਰ ਸੁਣਾਂਗੀ ਔਰ ਉਹਦਾ ਸਲੂਸ਼ਨ ਵੀ ਅਸੀਂ ਕੱਢਿਆ ਕਰਾਂਗੇ। ਅਤੇ ਮੈਨੂੰ ਉਸ ਭੈਣ ਨੇ ਕਿਹਾ ਕਿ ਆਪ ਮੁਝੇ ਉਨਕਾ ਨੰਬਰ ਦੇ, ਮੈਂ ਆਪਣੇ ਹਸਬੈਂਡ ਕੀ ਸ਼ਾਦੀ ਕਰਵਾਉਣਾ ਚਾਹਤੀ ਹੂੰ। ਨੰਬਰ ਇੱਕ ਗੱਲ ਕਿ ਬੜਾ ਸ਼ੁਕਰੀਆ, ਅਤੇ ਨੰਬਰ ਦੋ ਇਹ ਕਿ ਜਦੋਂ ਉਹਨੇ ਗੱਲ ਹੀ ਮੁਕਾ ਦਿੱਤੀ ਕਿ ਮੇਰਾ ਦਿਲ ਹੀ ਨਹੀਂ ਮੰਨਦਾ। ਅੱਛਾ ਅਸੀਂ ਇੱਥੋਂ ਹੁਣੇ ਗੁਜ਼ਰੇ ਹਾਂ ਬਲੈਕ ਗੇਟ, ਤੁਸੀਂ ਦੇਖਿਆ ਹੋਏਗਾ ਇਹ ਮੇਰੇ ਸ਼ਹਿਰ ਚਾਂਦਨੀ ਪਾਰਕ ਹੈ ਜੋ ਕਿ ਮੇਰੀ ਵਾਲਦਾ ਸੋਸ਼ਲ ਖਾਤੂਨ ਵੀ ਸਨ ਔਰ ਪੋਲੀਟੀਕਲੀ ਵੀ ਸਨ। ਉਹਨਾਂ ਨੇ ਇਹ 1981 'ਚ ਡੀ ਸੀ ਬਰਲਾਸ ਸਨ, ਮੈਨੂੰ ਡੇਟ ਸਹੀ ਤਰ੍ਹਾਂ ਕਨਫਰਮ ਨਹੀਂ ਹੈ। ਉਹਨਾਂ ਕੋਲ ਅੰਮੀ ਨੇ ਇਹ ਜਗ੍ਹਾ ਅਪਰੂਵ ਕਰਵਾਈ ਸੀ ਖਵਾਤੀਨ ਦੇ ਪਾਰਕ ਵਾਸਤੇ। ਡੀ ਸੀ ਸਾਹਿਬ ਦੀ ਮਿਸਿਜ਼ ਫੌਤ ਹੋ ਗਏ ਸਨ, ਉਹਨਾਂ ਦਾ ਨਾਮ ਸੀ ਚਾਂਦਨੀ।
ਉਹਨਾਂ ਦਾ ਨਿਕਨੇਮ ਹੋਏਗਾ। ਉਹਨਾਂ ਨੇ ਆਪਣੀ ਮਿਸਿਸ ਦੇ ਨਾਮ 'ਤੇ ਇਸ ਜਗ੍ਹਾ ਦਾ ਨਾਮ ਰੱਖ ਦਿੱਤਾ ਚਾਂਦਨੀ ਪਾਰਕ। ਅਤੇ ਏ ਜੀ ਵਾਲਦਾ ਸਾਹਿਬਾ ਨੇ ਇਹ ਜਗ੍ਹਾ ਉਹਨਾਂ ਵਾਸਤੇ ਖਵਾਤੀਨ ਵਾਸਤੇ ਬਰਾਏ ਖਵਾਤੀਨ ਲਿਖਿਆ ਹੈ। ਔਰ ਉਦੋਂ ਸਾਡੇ ਸ਼ਹਿਰ ਵਿੱਚ ਮਰਦਾਂ ਦਾ ਵੀ ਕੋਈ ਪਾਰਕ ਨਹੀਂ ਸੀ ਜਦੋਂ ਇਹ ਖਵਾਤੀਨ ਵਾਸਤੇ ਪਾਰਕ ਬਣਿਆ। ਅਤੇ ਮੈਂ ਜੀ ਜ਼ਿਕਰ ਕਰ ਰਹੀ ਸਾਂ ਇੱਥੇ ਕਿ ਉਹਨਾਂ ਨੇ ਕਿਹਾ ਕਿ ਮੈਂ ਖਾਮਦ ਕੀ ਸ਼ਾਦੀ ਕਰਵਾਉਣਾ ਚਾਹਤੀ ਹੂੰ। ਹਜੇ ਤਾਂ ਉਹ ਵਿਚਾਰੀ ਖੁਦ ਹੀ ਨਹੀਂ ਤਕਲੀਫ 'ਚ ਨਿਕਲ ਰਹੀ, ਔਰ ਮੈਂ ਉਹਦੀ ਏਜ ਸੁਣ ਕੇ ਹੈਰਾਨ ਹੋਈ। ਉਹਦੀ ਏਜ ਸਾਰੀ 38 ਸਾਲ ਹੈ। ਮੈਂ ਉਹਨੂੰ ਇਹੋ ਮਸ਼ਵਰਾ ਦਿੱਤਾ ਹੈ ਕਿ ਤੂੰ ਜਾਂ ਤਾਂ ਘਰ ਦੇ ਵਿੱਚ ਜਿਹੜਾ ਵੇ ਕੋਈ ਉਹ ਯਤੀਮ ਖਾਨਾ ਟਾਈਪ ਬਣਾ ਲੈ, ਬੱਚੇ ਜਿਹੜੇ ਨੇ ਉਹਨਾਂ ਨੂੰ ਰੱਖ। ਮੇਰੇ ਮੈਂ ਇੱਕ ਵੀਡੀਓ ਦੇਖਣੀ ਹੁੰਦੀ ਹਾਂ, ਆਈ ਥਿੰਕ DIG ਨੇ ਪੰਜਾਬ ਦੇ, ਉਹ ਪਤਾ ਨਹੀਂ ਕਿੰਨੇ ਬੱਚਿਆਂ ਦੇ ਬਾਪ ਬਣੇ ਹੋਏ ਨੇ ਯਤੀਮ ਬੱਚਿਆਂ ਦੇ। ਉਹਨਾਂ ਦੀ ਮਿਸਿਸ ਨੇ ਅਤੇ ਉਹਨਾਂ ਨੇ ਇੱਕ ਇਦਾਰਾ ਬਣਾਇਆ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਉਹਨਾਂ ਨੇ ਦੁਨੀਆ 'ਚ ਆਪਣੇ ਵਾਸਤੇ ਜੰਨਤ ਖਰੀਦ ਲਈ ਹੈ। ਕਿ ਯਤੀਮ ਦੇ ਸਿਰ 'ਤੇ ਹੱਥ ਰੱਖਣ ਵਾਲਾ ਇਹ ਸਮਝੇ ਕਿ ਉਸ ਹੱਥ ਥੱਲੇ ਜਿੰਨੇ ਵਾਲ ਨੇ ਨਾ, ਉਨੀਆਂ ਹੀ ਉਹਦੇ ਹੱਥ ਨੇਕੀਆਂ ਅੱਲਾ ਦੀ ਜ਼ਾਤ ਜਿਹੜਾ ਨਾ ਉਹਦੇ ਹੱਕ ਵਿੱਚ ਲਿਖ ਦਿੰਦੇ ਨੇ। ਯਤੀਮ ਨੂੰ ਪਾਲਣ ਦਾ ਇੰਨਾ ਅਜਰ ਹੈ। ਅਤੇ ਮੈਂ ਕਿਹਾ ਵੀ ਤੂੰ ਆਪਣੇ ਆਪ ਨੂੰ ਇਸ ਕੈਫੀਅਤ 'ਚ ਕੱਢ, ਮੇਰੇ ਕੋਲ ਤਾਂ ਤੁਸੀਂ ਸਾਰੇ ਹੈ ਹੋ, ਮੇਰੇ ਕੋਲ ਮੇਰੇ ਆਪਣੇ ਸਗੇ ਰਿਸ਼ਤੇ ਵੀ ਨੇ। ਅੱਲਾ ਜ਼ਿੰਦਗੀ ਕਰੇ ਮੇਰੇ ਭਰਾ ਦੀ, ਉਹਦੇ ਬੱਚਿਆਂ ਦੀ ਜ਼ਿੰਦਗੀ ਕਰੇ, ਮੇਰੀ ਖਾਲਾ ਦੀਆਂ ਬੇਟੀਆਂ ਨੇ, ਮੇਰੀ ਖਾਲਾ ਨੇ, ਮੇਰੇ ਮਾਮੂ ਨੇ, ਹੀਨਾ ਵਗੈਰਾ ਸਾਰੇ ਨੇ, ਮੇਰੀ ਮਤਲਬ ਐਸੇ ਰਿਸ਼ਤੇ ਵੀ ਨੇ ਜਿਨ੍ਹਾਂ ਨਾਲ ਮੇਰਾ ਬਲੱਡ ਦਾ ਰਿਲੇਸ਼ਨ ਨਹੀਂ ਹੈ, ਮਗਰ ਮੈਂ ਕਹਿੰਦੀ ਹਾਂ ਮੇਰੇ ਬਲੱਡ ਦੇ ਰਿਸ਼ਤਿਆਂ ਤੋਂ ਵੱਧ ਕੇ ਨੇ ਸ਼ਾਜ਼ੀਆ ਬਾਜੀ ਨੇ, ਜੋ ਕਿ ਮੇਰੀ ਤਕਲੀਫ ਦੇ ਵਿੱਚ ਬੇਹੱਦ ਪਰੇਸ਼ਾਨ ਹੋ ਜਾਂਦੇ ਨੇ। ਮੇਰੀ ਖਾਲਾਜ਼ਾਦ ਭੈਣ ਬਾਜੀ ਅਥੀਆ ਨੇ, ਅਤੇ ਲਿਹਾਜ਼ਾ ਉਹਨੂੰ ਮੈਂ ਬਹੁਤ ਸਮਝਾਇਆ। ਮੈਂ ਕਿਹਾ ਤੇਰਾ ਦਿਲ ਜਦੋਂ ਘਬਰਾਏ ਤੂੰ ਮੇਰੇ ਨਾਲ ਗੱਲ ਕਰ, ਔਰ ਇਨਸ਼ਾਅੱਲਾ ਅੱਲਾ ਦੀ ਜ਼ਾਤ ਤੇਰੇ ਵਾਸਤੇ ਬਿਹਤਰ ਨਹੀਂ ਬਿਹਤਰੀਨ ਕਰੇਗਾ। ਮੈਂ ਕਿਹਾ ਜਿਸ ਤਰ੍ਹਾਂ ਤੂੰ ਖਿਆਲੀ ਪਲਾਓ ਬਣਾ ਕੇ ਬੱਚਿਆਂ ਨੂੰ ਆਵਾਜ਼ਾਂ ਦੇਣੀ ਹੈ ਨਾ, ਇਸ ਤਰ੍ਹਾਂ ਨਾ ਕਰਿਆ ਕਰ, ਇਸ ਤਰ੍ਹਾਂ ਨਾ ਕਰਿਆ ਕਰ। ਤੂੰ ਇਹ ਸੋਚ ਕੇ ਅਗਰ ਅੱਲਾ ਨੇ ਇਸ ਤਰ੍ਹਾਂ ਕੀਤਾ ਤਾਂ ਕਿਉਂ ਕੀਤਾ, ਉਹਦੀ ਕਿੰਨੀ ਬੜੀ ਹਿਕਮਤ ਹੋਏਗੀ ਜੋ ਕਿ ਅਸੀਂ ਨਹੀਂ ਜਾਣਦੇ ਹੈਗੇ। ਅਤੇ ਹੁਣ ਮੈਂ ਕਿਹਾ ਕਿ ਇਨਸ਼ਾਅੱਲਾ ਤੂੰ ਠੀਕ ਹੋ, ਠੀਕ ਹੋ ਕੇ ਤੂੰ ਮੇਰੇ ਨਾਲ ਆਪਣੇ ਰਾਬਤੇ ਦੇ ਵਿੱਚ ਰਹਿ, ਜੋ ਹੱਦ ਤੱਕ ਮੈਂ ਤੇਰੇ ਵਾਸਤੇ ਕੁਛ ਕਰ ਸਕੀ ਮੈਂ ਜ਼ਰੂਰ ਕਰਾਂਗੀ। ਉਹਨੂੰ ਵਿਚਾਰੀ ਨੂੰ ਫਾਈਨੈਂਸ਼ਲੀ ਪ੍ਰੋਬਲਮ ਨਹੀਂ, ਮੈਂ ਕਿਹਾ ਆਪਣੇ ਘਰ ਦਾ ਤੂੰ ਕੋਈ ਹਿੱਸਾ ਰੈਂਟ 'ਤੇ ਦੇ ਦੇ। ਉਹਨੇ ਕਿਹਾ ਮੈਂ ਉੱਪਰ ਵਾਲਾ ਪੋਰਸ਼ਨ ਰੈਂਟ 'ਤੇ ਦਿੱਤਾ ਹੋਇਆ ਜਿਹਦੇ ਨਾਲ ਮੇਰੇ ਘਰ ਦੀ ਗੁਜ਼ਰ ਬਸਰ ਹੋ ਰਹੀ ਹੈ। ਔਰ ਬੜੇ ਸ਼ਹਿਰਾਂ ਦੇ ਵਿੱਚ ਤਾਂ ਘਰਾਂ ਦੇ ਰੈਂਟ ਵੀ ਬਹੁਤ ਜ਼ਿਆਦਾ ਨੇ। ਇੱਕ ਕਨਾਲ ਦਾ ਘਰ ਸੀ ਵਿਚਾਰੀ ਨੇ ਵੀਰ ਜੀ। ਫਿਰ ਬੋਲਣਾ ਜ਼ਰਾ ਪਲੀਜ਼। ਅੱਛਾ, ਇੰਡੀਆ ਤੋਂ ਤੁਹਾਡੇ ਜਿਹੜੇ ਬਜ਼ੁਰਗ ਸਨ ਉਹ ਕਿਹੜੀ ਜਗ੍ਹਾ ਤੋਂ ਬਿਲੋਂਗ ਕਰਦੇ ਸਨ? ਅੰਮ੍ਰਿਤਸਰ ਤੋਂ। ਅੰਮ੍ਰਿਤਸਰ, ਅੰਮ੍ਰਿਤਸਰ ਸ਼ਹਿਰ ਤੋਂ। ਤੁਹਾਨੂੰ ਕਿੰਨੇ ਯੀਅਰ ਹੋ ਗਏ ਪਾਕਿਸਤਾਨ ਬਣਿਆ ਤੇ ਇੱਥੇ ਹੀ ਹੋ? ਅਸੀਂ ਤਾਂ ਸ਼ੁਰੂ ਤੋਂ ਪਾਕਿਸਤਾਨ ਦੇ ਜਿਹੜੇ ਸਾਡੇ ਦਾਦੇ ਪਰਦਾਦੇ ਸੀ ਜੀ 1947 ਤੋਂ ਬਾਅਦ ਇੱਥੇ ਹੀ ਰਹੇ। ਅੱਛਾ, ਸਹੀ। ਤੇ ਤੁਹਾਨੂੰ ਮਤਲਬ ਕਿਸ ਤਰ੍ਹਾਂ ਦਾ ਲੱਗਦਾ ਹੈ ਇੱਥੇ ਸਭ ਦਾ ਪਿਆਰ? ਸ਼ੁਰੂ ਤੋਂ ਪਾਕਿਸਤਾਨ ਦੇ ਨਾਲ ਲੱਗਦਾ ਹੀ ਸਾਨੂੰ ਆਪਣਾ ਮੁਲਕ। ਬੇਸ਼ੱਕ, ਬਿਲਕੁਲ। ਜ਼ਰਾ ਇਹ ਮੁਝੇ ਅਤੇ ਇਹ ਜੀ ਮੈਂ ਇੱਥੋਂ ਲਈ ਹੈ ਵੀਰ ਜੀ ਦੀ ਸ਼ੋਪ ਤੋਂ। ਔਰ ਇੰਡੀਅਨ ਪ੍ਰੋਡਕਟਸ ਜਿਹੜੀਆਂ ਨੇ ਉਹ ਬੜੀਆਂ ਹੀ ਅੱਛੀਆਂ ਪ੍ਰੋਡਕਟਸ ਨੇ ਅਤੇ ਅਸੀਂ ਇਹਨਾਂ 'ਤੇ ਬਿਲੀਵ ਕਰਨੇ ਹਾਂ। ਬਿਲੀਵ ਕਰਕੇ ਹੀ ਅਸੀਂ ਇੱਥੋਂ ਸਮਾਨ ਜਿਹੜਾ ਹੈ ਨਾ ਉਹਨੂੰ ਪਰਚੇਜ਼ ਕਰਨੇ ਹਾਂ। ਅਤੇ ਇਹ ਅਸੀਂ ਲਈਏ ਜੀ ਇੱਥੋਂ ਜੀ ਡਰਾਈ ਹੈ ਨਾ? ਹਾਂ, ਬਸ ਠੀਕ ਹੈ, ਇਹ ਦੇ ਦੇਵੋ। ਔਰ ਇਹ ਅਸੀਂ ਇੱਥੋਂ ਪਰਚੇਜ਼ ਕਰ ਰਹੇ ਹਾਂ ਇੰਡੀਆ ਦੀ ਫੇਰਨ ਲਵਲੀ।
ਇਹ ਦੇਖੋ ਜੀ ਸਿੰਘਾਰ ਸਰਦਾਰ ਜੀ ਇਹ ਮੇਰੇ ਸ਼ਹਿਰ ਦੇ ਵਿੱਚ ਨੇ ਔਰ ਇਹ ਜੀ ਵੀਰ ਜੀ ਦਾ ਐਡਵਰਟਾਈਜ਼ਿੰਗ ਕਾਰਡ ਕਹਿ ਸਕਦੇ ਹੋ ਉਹਨੂੰ ਤੁਸੀਂ ਬੱਚੀਆਂ ਅੱਛਾ ਅੱਲਾ ਕਲੋਜ਼ ਆ।